ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਤੋਂ ਜਿੱਥੇ ਮੁਕੇਸ਼ ਅੰਬਾਨੀ ਦੇ ਬਾਰੇ ਹੁਣੇ-ਹੁਣੇ ਆਈ ਮਾੜੀ ਖਬਰ ਹੋ ਗਿਆ ਇਹ ਕੰਮ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਤੋਂ ਜਿੱਥੇ ਮੁਕੇਸ਼ ਅਬਾਨੀ ਦੇ ਬਾਰੇ ਹੁਣ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਕੰਮ ਹੋ ਗਿਆ ਭਾਰਤ ਵਿੱਚ ਜਿੱਥੇ 5G ਦੇ ਨੈਟਵਰਕ ਨੂੰ ਇਨਸਾਨੀ ਜ਼ਿੰਦਗੀ ਲਈ ਨੁਕਸਾਨਦਾਇਕ ਮੰਨਿਆ ਜਾ ਰਿਹਾ ਉੱਥੇ ਹੀ ਸੰਗਰੂਰ ਦੇ ਆਦੀਨ ਆਉਂਦੇ ਪਿੰਡ ਲਹਿਰਾਗਾਗਾ ਦੇ ਨੇੜਲੇ ਪਿੰਡ ਲੇਹਲ ਖੁਰਤ ਦੇ ਵਿੱਚ ਰਲਾਈਐਂਸ ਕੰਪਨੀ ਦੀਆਂ 5G ਨੈਟਵਰਕ ਦੇ ਲਈ ਕੇਬਲ ਦੀਆਂ ਤਾਰਾਂ ਵਸਾਈਆਂ ਜਾ ਰਹੀਆਂ ਸਨ ਜਿਸ ਦਾ ਪਤਾ ਲੱਗਣ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗ੍ਰਾਹਾਂ ਦੇ ਸੈਂਕੜੇ ਕਿਸਾਨਾਂ ਦੇ ਵੱਲੋਂ ਅਤੇ ਔਰਤਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਰਿਲਾਇੰਸ ਕੰਪਨੀ ਅਡਾਨੀ ਅਬਾਨੀ ਅਤੇ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਜਿਹੜਾ ਕੰਮ ਸੀ 5G ਦਾ ਰੁਕਾ ਦਿੱਤਾ ਗਿਆ। ਰਿਲਾਇੰਸ ਕੰਪਨੀ ਦੇ ਵੱਲੋਂ 5G ਸੰਬੰਧੀ ਰਾਤ ਨੂੰ ਕੰਮ ਚਲਾ ਕੇ ਅੰਡਰਗ੍ਰਾਉਂਡ ਪਾਈਪਾਂ ਪਾਈਆਂ ਜਾ ਰਹੀਆਂ ਹਨ ਕਿਸਾਨਾਂ ਨੇ ਕਿਹਾ ਜਿੱਥੇ ਇਹ ਨੈਟਵਰਕ ਇਨਸਾਨਾਂ ਦੇ ਲਈ ਘਾਤਕ ਦੱਸਿਆ ਜਾ ਰਿਹਾ ਉੱਥੇ ਹੀ 5G ਨੈਟਵਰਕ ਦੀਆਂ ਤਾਰਾਂ ਨੂੰ ਵਿਛਾਉਣ ਦੀ ਖੁੱਲ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਆ ਤੇ ਲੋਕਾਂ ਨੂੰ ਕਰੋਨਾ ਦਾ ਡਰਾਵਾ ਦੇ ਕੇ ਘਰਾਂ ਦੇ ਅੰਦਰ ਵੜਿਆ ਜਾ ਰਿਹਾ ਤੇ ਬਾਹਰ ਤਾਰਾਂ ਵਿਛਾਈਆਂ ਜਾ ਰਹੀਆਂ ਨੈਟਵਰਕ ਸਟਰੋਂਗ ਛੱਡੇ ਜਾ ਰਹੇ ਨੇ ਦੋਸਤੋ ਤੁਹਾਨੂੰ ਕੀ ਲੱਗਦਾ ਕਿ 5G ਵਾਕਿਆ ਹੀ ਮਨੁੱਖਾਂ ਲਈ ਜਾਨਵਰਾਂ ਲਈ ਖਤਰਨਾਕ ਹੈਤਾ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਇਨਸਾਨਾਂ ਨੇ ਇਸ ਕੰਮ ਨੂੰ ਰੁਕਵਾਉਂਦੇ ਹੋਏ ਕਿਸਾਨਾਂ ਦੇ ਵੱਲੋਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਜਦੋਂ ਤੱਕ ਇਸ ਕੰਮ ਨੂੰ ਬੰਦ ਕੀਤੇ ਜਾਂਦਾ ਭਰੋਸਾ ਨਹੀਂ ਦਿਵਾਇਆ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਇਸ ਮੌਕੇ ਹਰ ਸੇਵਕ ਸਿੰਘ ਲਹਿਲ ਖੁਰਦ ਕਮਲਜੀਤ ਕੌਰ ਸੁਖਦੀਪ ਕੌਰ ਜੈਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਵੇਚ ਦਿੱਤਾ ਗਿਆ ਉੱਥੇ ਹੀ ਲੋਕਾਂ ਦੀ ਜਾਨ ਦੇ ਨਾਲ ਹੁਣ ਪ੍ਰਾਈਵੇਟ ਖਿਡਾਰੀ ਜਿਹੜੇ ਪ੍ਰਾਈਵੇਟ ادارے ਨੇ ਉਹ ਖਿਲਵਾੜ ਕਰ ਰਹੇ ਹਨ